इस वीडियो नूं देख रहे सारे ही दर्शकों का मैं बहुत बहुत स्वागत करना हाँ। सो अज दोस्तों असीं एक नवीं जी वक्री जी चीज दिखावांगे इस वीडियो दे विच। वीडियो नूं लास्ट तक जरूर देखियो। सो जिहड़े वी वीर लुधियाणे तों चंडीगढ़ नूं रोज जांदे आ, सो राह दे विच बड़े टोल टैक्स जिहड़े मिलदे आ उहनां तों बचण दा तरीका असीं इस वीडियो दे विच दसांगे और तुहानूं रस्ते दसांगे वी कित्थों कित्थों आपां टर्न होके कित्थों कित्थों आपां निकलणा है। सो जिहड़ी इह टोल टैक्स दी पर्ची है, सो इस टाइम असीं नीलो पुल क्रॉस करके चहलां वाले जिहड़ा अगे चहलां पिंड आउंदा है उत्थे टोल टैक्स है जी। ओ देखो जी अगे तुसीं देख सकदे हो इत्थे टोल प्लाजे दा बोर्ड जिहड़ा लग्गिया होया। सो ए टोल प्लाजा जदों आपां लुधियाणे तों चंडीगढ़ नूं जांदे आ रस्ते दे विच आउंदा जी, नीलों दा पुल निकल के एक दो किलोमीटर दी दूरी ते जाके आउंदा है। सो इस टोल टैक्स तों बचण दा असीं तुहानूं तरीका दसांगे, असीं रास्ता देखांगे। सो वीडियो नूं जरूर लास्ट तक देखियो मेरा वीर। सो दोस्तों इत्थों तुसीं देख सकदे हो आ स्कूल आ जी चहलां पिंड दा, आ कट आ जी तुसीं अगे टोल टैक्स ते नहीं जाणा, आ कट तों तुसीं मुड़ना। सो आ कट तों तुसीं मुड़ के असीं तुहानूं दिखाउने आ वी किधर नूं जाणा, आ स्कूल आ जी। इह तुसीं देख सकदे हो चहलां दा स्कूल आ, स्कूल दे नाल आ देख लो खब्बे हत्थ सड़क जांदी है, इह सड़क नूं तुसीं मुड़ लैणा है। खब्बे हत्थ नूं सड़क जाके सिद्धा जाणा है, उस तों बाद असीं तुहानूं अगे वी जरूर दसदे। सो दोस्तों असीं स्कूल तों जदों लैफ्ट मुड़े आ अगे सिद्धा जाई जाणा है, सिद्धा जाके एक पिंड दे विच वड़दे सारी जिहड़ा चरस्ता आ जांदा, इस चरस्ते तों तुसीं देखणा कि खब्बे हत्थ नूं जिहड़ा रोड जांदा ओह रोड असीं जावांगे। जिहड़ा खब्बे हत्थ जांदा तुसीं आले दुआले घर वी देख सकदे हो, इह पिंड कलाल पिंड है। इस पिंड दे विचों निकल के तुसीं जाणा। सो अगे तुसीं बिलकुल शॉर्ट रस्ता है, कोई ज्यादा दूरी आला रस्ता नहीं, सिर्फ एक तों दो किलोमीटर जिहड़ा वध पै जांदा है। ਤੇ ਮਤਲਬ ਤੁਸੀਂ ਬਿਲਕੁਲ ਟੋਲ ਟੈਕਸ ਮਤਲਬ ਪਰਚੀ ਇੱਥੋਂ ਬਚ ਸਕਦੀ ਹੈ ਤੁਹਾਡੀ। ਇੱਥੋਂ ਤੁਸੀਂ ਦੇਖ ਸਕਦੇ ਹੋ ਇੱਥੋਂ ਇੱਕ ਇੱਧਰ ਨੂੰ ਰਾਹ ਜਾਂਦਾ ਹੈ, ਤੇ ਅੱਗੇ ਜਾ ਕੇ ਇੱਕ ਲੈਫਟ ਮੋੜਦਾ, ਉਧਰੋਂ ਵੀ ਜਾ ਸਕਦੇ ਹਾਂ ਆਪਾਂ, ਇੱਥੋਂ ਵੀ ਜਾ ਸਕਦੇ ਹਾਂ। ਸੋ ਆਪਾਂ ਇੱਧਰ ਜਾਵਾਂਗੇ। ਸੋ ਉਹ ਦੇਖ ਸਕਦੇ ਹੋ ਤੁਸੀਂ ਟੋਲ ਟੈਕਸ ਜਿਹੜਾ ਨਜ਼ਰ ਆ ਰਿਹਾ, ਆਪਾਂ ਇਹਦੇ ਤੋਂ ਕਿਵੇਂ ਬਚਣਾ। ਸੋ ਇਸ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਅਸੀਂ ਤੁਹਾਨੂੰ, ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ। ਤੁਸੀਂ ਦੇਖ ਸਕਦੇ ਹੋ ਅੱਗੇ ਗੁਰਦੁਆਰਾ ਸਾਹਿਬ ਆ ਗਿਆ ਜੀ, ਗੁਰਦੁਆਰਾ ਸਾਹਿਬ ਤੋਂ ਲੈਫਟ ਰੋਡ ਜਾਂਦੀ ਹੈ, ਲੈਫਟ ਰੋਡ ਜਾਂਦੀ ਹੈ। ਸੋ ਆ ਰੋਡ ਅਸੀਂ ਚੱਲ ਗਏ ਤੇ ਉਸ ਤੋਂ ਬਾਅਦ ਇੱਥੋਂ ਰਾਈਟ ਚੱਲ ਗਏ। ਸੋ ਬਿਲਕੁਲ ਸਿੱਧਾ ਜਾ ਕੇ ਆਪਾਂ ਅੱਗੇ ਜਾ ਕੇ ਇੱਥੋਂ ਵੀ ਸਿੱਧਾ ਜਾਣਾ, ਸਿੱਧਾ ਜਾ ਕੇ ਅਸੀਂ ਦੋਸਤੋ ਇੱਥੋਂ ਲੈਫਟ ਲੈਣਾ, ਇੱਕੋ ਹੀ ਰੋਡ ਜਾ ਰਿਹਾ। ਕਈ ਵਾਰੀ ਇੱਥੇ ਥੋੜੀ ਕੁ ਜਿਵੇਂ ਕਹਿ ਲਓ ਵੀ ਇੱਕ ਦੋ ਟ੍ਰੈਫਿਕ ਹੋਈ ਮਤਲਬ ਗੱਡੀਆਂ ਆ ਜਾਂਦੀਆਂ, ਪਰ ਈਜ਼ੀਲੀ ਗੱਡੀਆਂ ਨਿਕਲਦੀਆਂ। ਸੋ ਦੇਖ ਸਕਦੇ ਹੋ ਤੁਸੀਂ ਅਸੀਂ ਟੋਲ ਟੈਕਸ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ ਜੀ। ਆਹ ਟੋਲ ਟੈਕਸ ਹੈ, ਪਹਿਲਾਂ ਅਸੀਂ ਪਰਲੀ ਸਾਈਡ ਸੀਗੇ, ਹੁਣ ਅਸੀਂ ਇੱਧਰਲੀ ਸਾਈਡ ਆ ਟੋਲ ਟੈਕਸ ਦੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਅਸੀਂ ਟੋਲ ਟੈਕਸ ਦੀ ਜਿਹੜੀ ਪਰਚੀ ਸੀਗੀ ਉਹ ਅਸੀਂ ਆਪਣੀ ਬਚਾ ਲਈ ਹੈ। ਇਧਰਲੇ ਪਾਸੇ ਦੇਖ ਸਕਦੇ ਹੋ ਅਸੀਂ ਬਿਨਾਂ ਟੋਲ ਟੈਕਸ ਦਿੱਤੇ ਸੋ ਚੰਡੀਗੜ੍ਹ ਨੂੰ ਜੋ ਜਾ ਰਹੇ ਹਾਂ। ਸੋ ਸਾਰੇ ਜਿਹੜੇ ਭਰਾ ਇਸ ਵੀਡੀਓ ਨੂੰ ਦੇਖ ਰਹੇ ਹੈ, ਸੋ ਜ਼ਰੂਰ ਜੇ ਵਧੀਆ ਲੱਗੀ ਹੈ ਕਮੈਂਟ ਲਾਈਕ ਪੋਸਟ ਤੇ ਜ਼ਰੂਰ ਕਰਿਓ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਜਿਹੜਾ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਜਾਂਦਾ ਜਾਂ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਆਉਂਦਾ। ਸੋ ਇਹਨਾਂ ਟੋਲ ਟੈਕਸਾਂ ਤੋਂ ਬਚਣ ਦੇ ਤਰੀਕੇ ਅਸੀਂ ਤੁਹਾਨੂੰ ਦੱਸੇ, ਅਸੀਂ ਰਸਤਾ ਤੁਹਾਨੂੰ ਦੱਸਿਆ। ਸੋ ਇਹ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ, ਹਰ ਇੱਕ ਬੰਦੇ ਤੱਕ ਪਹੁੰਚਾਓ, ਕਿਉਂਕਿ ਹਰ ਇੱਕ ਦੀ ਜਿਹੜੀ ਕਮਾਈ ਹੈ ਇਨਕਮ ਹੈ ਉਹ ਸੇਫ ਹੋਵੇ ਔਰ ਉਹੀ ਪੈਸੇ ਉਹ ਆਪਣੇ ਪੈਟਰੋਲ ਵੀ ਪਵਾ ਸਕਦਾ, ਡੀਜ਼ਲ ਵੀ ਪਵਾ ਸਕਦਾ। ਜੇ 100-150 ਰੁਪਇਆ ਬਚਦਾ ਤਾਂ ਕਿੰਨੀ ਬਚਤ ਹੈ, ਜੇ 4 ਗੇੜੇ ਵੀ ਲੱਗਦੇ ਆ ਤੁਹਾਡੇ ਦਿਨ ਦੇ ਤੇ ਤਾਂ ਵੀ ਪੈਸੇ ਕਿੰਨੇ ਬਚਦੇ ਆ। ਸੋ ਇਹ ਇੰਨੀ ਕੁ ਵੀਡੀਓ ਸੀਗੀ। ਸੋ ਜਰੂਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਇਸ ਵੀਡੀਓ ਨੂੰ, ਹਰ ਇੱਕ ਬੰਦੇ ਤੱਕ ਪਹੁੰਚਾ ਦਿਓ। ਸੋ ਜਿਉਂਦੇ ਵਸਦੇ ਹੋ ਪੰਜਾਬੀਓ।